ਹੈਲੋ ਹਾਈ ਸਸਤ੍ਰੀ ਕਾ ਮੇਰੇ ਦੋਸਤੋ ਅੱਜ ਅਸੀਂ ਬਣਾਉਣਾ ਨਹੀਂ ਹਾਂ ਫੁੱਲਾਂ ਦੀ ਬੰਚਤੀ ਵੀਡੀਓ ਓਕੇ ਅੱਜ ਅਸੀਂ ਲਵਾਂਗੇ ਆ ਦੇਖੋ ਮੇਰੇ ਦੋਸਤੋ ਇੱਕ ਸਾਡੇ ਕੋਲ ਹੈ ਪਿੰਕ ਕਲਰ ਤੇ ਇੱਕ ਸਾਡੇ ਕੋਲ ਹੈ ਵਾਈਟ ਕਲਰ ਠੀਕ ਹੈ ਮੇਰੇ ਕੋਲ ਐਂਗਲਰ ਪ੍ਰੈਸ਼ ਹੈ 8 ਨੰਬਰ ਦਾ ਤੁਸੀਂ ਦੇਖ ਸਕਦੇ ਹੋ 8 ਨੰਬਰ ਦਾ ਮੇਰੇ ਕੋਲ ਐਂਗਲਰ ਪ੍ਰੈਸ਼ ਹੈ ਜਿਸ ਦਾ ਅਸੀਂ ਇੱਕ ਸਾਈਡ ਲਈ ਪਿੰਕ ਦੀ ਦੇਖੋ ਇੱਕ ਸਾਈਡ ਅਸੀਂ ਪਿੰਕ ਦੀ ਲੈ ਲਈ ਹੈ ਇੱਕ ਸਾਈਡ ਅਸੀਂ ਵਾਈਟ ਦੀ ਲੈ ਲਈ ਹੈ ਇਸ ਬਰਸ਼ ਨੂੰ ਅਸੀਂ ਇਸ ਸਟ੍ਰਾਈਪ ਨਾਲ ਕਰਾਂਗੇ ਕਿ ਕਲਰ ਉਹ ਸਾਈਡ ਵੀ ਚਲਾ ਜਾਏ ਤੇ ਇਸ ਸਾਈਡ ਵੀ ਚਲਾ ਜਾਏ ਤੇ ਕਲਰ ਬਰਸ਼ ਦੇ ਵਿੱਚ ਆਸਾਨੀ ਨਾਲ ਚਲਾ ਜਾਏ ਤਾਂ ਕਿ ਸਾਨੂੰ ਪੇਂਟਿੰਗ ਕਰਨ ਵਿੱਚ ਆਸਾਨੀ ਹੋਵੇ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੈਂ ਹੋਰ ਪਿੰਕ ਕਲਰ ਵਿੱਚ ਟਿਪ ਕਰਾਂਗੀ ਤੇ ਇੱਕ ਵਾਰ ਹੋਰ ਵਾਈਟ ਕਲਰ ਵਿੱਚ ਕਲਰ ਇਸ ਵਿੱਚ ਮੈਂ ਚੰਗੀ ਤਰ੍ਹਾਂ ਭਰ ਲਾਵਾਂਗੀ ਬਰਸ਼ ਵਿੱਚ ਹਾਂ ਦੇਖੋ ਦੋਸਤੋ ਅਸੀਂ ਕਰ ਰਹੀ ਹਾਂ ਰੋਜ਼ ਵੀਡੀਓ ਦੀ ਪੇਂਟਿੰਗ ਸੌਰੀ ਰੋਜ਼ ਦੀ ਪੇਂਟਿੰਗ ਦੇਖੋ ਇੱਕ ਮੇਰਾ ਫੁੱਲ ਬਣਿਆ ਹੋਇਆ ਹੈ ਰੋਸ ਦਾ ਉਸ ਦੇ ਨਾਲ ਹੀ ਮੈਂ ਆਪੋਜ਼ਿਟ ਸਾਈਡ ਤੇ ਇੱਕ ਹੋਰ ਫੁੱਲ ਬਣਾਵਾਂਗੀ ਦੇਖੋ ਜੀ हाँ जी इस तरह करके अभी पहला एक चंद व ड्रॉ करा देख सकते हो बिल्कुल जिमें आप सी शेप ले लिया है जिमें आप चंद ड्राई किया है देखो फिर मैं डिप करा वाइट के पिंक कलर होर कलर लवेंगी देखो इस नीचे अच मेरी तबीयत भी ठीक नहीं है तो मैं वीडियो काफ़ी टाइम तो बनाई नहीं इसलिए मैं बना रही हाँ देखो मेरा कैमरा बहुत हिलता है आ, मेरा स्टैंड भी लिया हुआ है पर मैं उसू यूज हजे कर नहीं सकती क्योंकि मैं वीडियो मेरे को टाइम ही नहीं वीडियो जी बना देखो ਇਸ ਤਰੀਕੇ ਨਾਲ ਅਸੀਂ ਫੁੱਲ ਤਿਆਰ ਕਰ ਰਹੀ ਹਾਂ ਮੇਰੇ ਤੋਂ ਜਾਂ ਤਾਂ ਮੈਂ ਵੀਡੀਓ ਬਣਾ ਸਕਦੀ ਹਾਂ ਜਾਂ ਮੈਂ ਫੋਨ پکڑ ਸਕਦੀ ਹਾਂ ਇਸ ਲਈ ਮੈਥੋਂ ਦੋਨੋਂ ਕੰਮ ਹੋ ਨਹੀਂ ਰਹੀ ਪਰ ਮੈਂ ਤੁਹਾਨੂੰ ਫਿਰ ਵੀ ਆਈਡੀਆ ਨਾ ਬਣਾ ਕੇ ਦੱਸ ਰਹੀ ਹਾਂ ਕਿ ਰੋਜ਼ਸ ਮੈਂ ਕਿਵੇਂ ਤਿਆਰ ਕਰ ਰਹੀ ਹਾਂ थोड़ा जहां थो आइडिया हो जाएगा देखो बिच भी मैं कवर कर लिया है फिर मैं दोबारा तो डिप करागी जिनी जिनी बार आप मतलब कि एक एक चीज़ ड्रॉ करनी है उन्नी उन्नी बार मैं डिप करती देखो ऊपर तो बिल्कुल गुलाई लैके आवे उपर तो क्योंकि कपड़े न मैं फ्रेम च मतलब कि टाइट जड़ना है पर कपड़ा ਟਾਈਟ ਨਹੀਂ ਜਿਹੜਾ ਕਿਉਂਕਿ ਜੌਰਜਟ ਹੈ ਫਟਣ ਦਾ ਡਰ ਹੈ ਕੱਪੜੇ ਦਾ ਇਸ ਕਰਕੇ ਮੈਂ ਟਾਈਟ ਵੀ ਨਹੀਂ ਲਗਾ ਰਹੀ ਤੇ ਜੀ ਦੇਖੋ ਜੀ ਇਹ ਸਾਡਾ ਹੋ ਗਿਆ ਰੋਸ ਦੂਸਰਾ ਤਿਆਰ ਇਸ ਦੀ ਆਊਟਲਾਈਨਿੰਗ ਕਰਕੇ ਹੀ ਇਸ ਵਿੱਚ ਫਿਨਿਸ਼ਿੰਗ ਆਏਗੀ ਬਾਕੀ ਮੈਂ ਤੁਹਾਨੂੰ ਫੁੱਲ ਇਹ ਸਾਰਾ ਡਿਜ਼ਾਈਨ ਤਿਆਰ ਕਰਕੇ ਦਿਖਾਵਾਂਗੀ ਹਜੇ ਮੈਂ ਤੁਹਾਨੂੰ ਡਿਜ਼ਾਈਨ ਤਿਆਰ ਕਰਕੇ ਦਿਖਾਇਆ ਹੈ ਰੋਜ਼ ਕਿਵੇਂ ਬਣਦੀ ਹੈ ਆਪਾਂ ਇਹਨੂੰ ਅਗਲਾ ਰੋਜ਼ ਬਣਾਉਣੀ ਹੈ ਅੱਗੇ ਦੇਖੋ ਜੀ ਹਾਂਜੀ ਆ ਦੇਖੋ ਜੀ ਸਾਡਾ ਫੁੱਲਾ ਦਬੰਚ ਪੂਰਾ ਹੋ ਚੁੱਕਿਆ ਹੈ ਦੇਖੋ ਇਹ ਅਸੀਂ ਫੁੱਲਾ ਦਬੰਚ ਪੂਰਾ ਕਰ ਚੁੱਕੇ ਹਾਂ ਹੁਣ ਅਸੀਂ ਇਸ ਤੇ ਪੱਤੀਆਂ ਵੀ ਬਣਾਈਆਂ ਹੈ ਗ੍ਰੇ ਤੇ ਵਾਈਟ ਕਲਰ ਦੀਆਂ ਦੇਖੋ ਹਾਂਜੀ ਐਂਗਲਰ ਬਰਸ਼ ਨਾਲ ਹੀ ਅਸੀਂ ਪੱਤੀਆਂ ਬਣਾ ਰਹੇ ਹਾਂ ਉਵੇਂ ਹੀ देखो जी एक तरफ वाइट कलर लिया दूसरी तरफ ग्रे कलर लिया असं इस पत्तियां बना रहे हाँ वाइट पे ग्रे कलर ना, देखो जी मेरी वीडियो बिल्कुल क्लियर नहीं आ रही तुम देख सकते हो क्योंकि मैं एक हाथ च फोन फाड़िया है तो एक ना वीडियो इस कर के वीडियो मेरी बिल्कुल भी क्लियर नहीं बन रही है आज मेरी तबीयत भी ठीक नहीं है तो इसलिए मेरे तो जिमें भी वीडियो बन रही है मैं उस तरीके बना रही हाँ हाँ जी आ देखो ये सूट तो डिजाइन बना रही हाँ हाँ देखो पत्ती बन गई है ਹਾਂ ਦੇਖੋ ਜੀ ਸਾਡਾ ਫੁੱਲਾਂ ਦਾ ਬੰਚ ਰੈਡੀ ਹੋ ਚੁੱਕਿਆ ਹੈ ਇਹਦੇ ਪੱਤੀਆਂ ਹਨ ਗ੍ਰੇ ਤੇ ਵਾਈਟ ਕਲਰ ਦੀਆਂ ਤੇ ਪਿੰਕ ਕਲਰ ਦੇ ਫਲਾਰਸ ਹਨ ਦੇਖੋ ਜੀ ਗ੍ਰੇ ਤੇ ਵਾਈਟ ਕਲਰ ਨਾਲ ਅਸੀਂ ਆ ਪੱਤੀਆਂ ਬਣਾ ਦਿੱਤੀਆਂ ਹਨ ਮੈਂ ਡਿਜ਼ਾਈਨ ਬਾਕੀ ਪੂਰਾ ਕਰਕੇ ਤੁਹਾਨੂੰ ਦਿਖਾਉਂਗੀ